पहली लोहड़ी मनाई जा रही है ते मेरे साथियों तुहानू सारियां नू लोहड़ी दियां ढेर सारियां वधाइयां होन, नवे साल दियां वधाइयां होन। ए नवा साल हुण साल बदल गया, कहिंदे ने भी नवा साल चढ़िया साल बदल गया, पर खुश हैं जो रहे ने जिवें साल ना बदलिया होवे साला बदल गया। ਇਹ ਅਸੀਂ ਇੱਥੇ ਰੋਟੀ ਖਾ ਰਹੇ ਸੀ ਤੇ ਹੁਣ ਖਾਣੇ ਖਾਣ ਦੀਆਂ ਗੱਲਾਂ ਕਰ ਰਹੀਆਂ ਸੀ। ਸਾਰੇ ਪੁੱਛ ਰਹੇ ਸੀ ਕੀ ਬਣਿਆ। ਉਹ ਲੋ ਜੀ ਪਤੀ ਆਇਆ ਘਰ ਤੇ ਪਤਨੀ ਨੇ ਭੜਥਾ ਬਣਾਇਆ ਸੀ। ਪਤੀ ਕਹਿੰਦਾ ਲੈ ਅੱਜ ਫਿਰ ਵੈਂਗਣ, ਤੈਨੂੰ ਪਤਾ ਨਹੀਂ ਹੈ ਕਿ ਜਦੋਂ ਬੰਦਾ ਵੈਂਗਣ ਖਾਵੇ ਜ਼ਿਆਦਾ ਤਾਂ ਅਗਲੇ ਜਨਮ ਵਿੱਚ ਉੱਲੂ ਬਣਦਾ। ਪਤਨੀ ਕਹਿੰਦੀ ਹੈ ਚੁੱਪ ਕਰਕੇ ਖਾ ਲਿਆ ਕਰੋ ਜੋ ਬਣਾਵਾਂ, ਇਹ ਸਾਰਾ ਕੁਝ ਪਿਛਲੇ ਜਨਮ ਸੋਚਣਾ ਸੀ। ਉਹ ਲਓ ਜੀ ਮੈਂ ਇੱਥੋਂ ਮੈਨੂੰ ਉਹ ਇੱਕ ਹੋਰ ਗੱਲ ਯਾਦ ਆਈ ਕਿ ਇੱਕ ਨਾ ਇਹ ਇੱਕ ਆਦਮੀ ਨਾ ਰੋਜ਼ ਰੱਬ ਨੂੰ ਕਿਹਾ ਕਰੇ ਰੱਬਾ ਮੇਰੀ ਲਾਟਰੀ ਕੱਢ ਦੇ, ਰੱਬਾ ਮੇਰੀ ਲਾਟਰੀ ਕੱਢ ਦੇ, ਮੇਰਾ ਬੁਰਾ ਹਾਲ ਹੈ। ਹਫ਼ਤੇ ਕੁ ਬਾਅਦ ਰੱਬ ਜੀ ਦਰਸ਼ਨ ਦਿੱਤੇ, ਕਹਿਣ ਲੱਗੇ ਲਾਟਰੀ ਤਾਂ ਮੈਂ ਕੱਢ ਦਿਆਂਗਾ ਪਰ ਟਿਕਟ ਤਾਂ ਤੂੰ ਲੈਣੀ ਹੈ। ਉਹ ਲਓ ਜੀ ਉੱਥੋਂ ਹੀ ਮੈਨੂੰ ਯਾਦ ਆਇਆ ਕਿ ਇੱਕ ਆਦਮੀ ਦੀ ਨਾ ਲਾਟਰੀ ਨਿਕਲ ਆਈ ਤੇ ਉਹ ਕਰ ਗਿਆ। ਕਰ ਕੇ ਪਤਨੀ ਨੂੰ ਕਹਿੰਦਾ ਜੇ ਮੇਰੀ ਲਾਟਰੀ ਨਿਕਲ ਆਏ ਤੇ ਤੂੰ ਕੀ ਕਰੇਗੀ। ਉਹ ਕਹਿੰਦੀ ਮੈਂ ਤਾਂ ਅੱਧੇ ਪੈਸੇ ਲੈ ਲਾਂਗੀ ਤੇ ਤੁਹਾਨੂੰ ਛੱਡ ਕੇ ਚਲੀ ਜਾਂਗੀ। ਉਹ ਕਹਿੰਦਾ ਲੈ ਫੜ $5, $10 ਦੀ ਮੇਰੀ ਲਾਟਰੀ ਨਿਕਲੀ। ਇੱਕ ਪਤਨੀ ਕਹਿੰਦੀ ਪਤੀ ਨੂੰ ਜੇ ਤੁਹਾਡੀ $1,000,000 ਦੀ ਲਾਟਰੀ ਨਿਕਲ ਜਾਏ, ਜੇ ਤੁਹਾਡੀ ਅੱਜ $1,000,000 ਦੀ ਲਾਟਰੀ ਨਿਕਲੇ ਤੇ ਮੈਨੂੰ ਕੋਈ ਕਿਡਨੈਪ ਕਰਕੇ ਲੈ ਜਾਏ ਤੇ ਕਵੇ ਵੀ 1 ਕਰੋੜ ਦਿਓ ਤੇ ਤੁਹਾਡੀ ਪਤਨੀ ਵਾਪਸ ਕਰਾਂਗੇ ਤੇ ਤੁਸੀਂ ਕੀ ਕਰੋਗੇ। ਉਹ ਕਹਿੰਦਾ ਇਹ ਤਾਂ ਮੈਂ ਬਾਅਦ ਹੀ ਦੱਸਾਂਗਾ ਕੀ ਕਰਾਂਗਾ, ਪਰ ਇੱਕ ਦਿਨ ਚ ਮੇਰੀਆਂ 2 ਲਾਟਰੀਆਂ ਨਿਕਲ ਆਈਆਂ, ਇਹ ਬੜੀ ਗੱਲ ਹੈ। ਲਓ ਜੀ ਉਹ ਪਤੀ ਆਇਆ ਸ਼ਾਮ ਨੂੰ ਘਰ, ਪਤੀ ਸ਼ਾਮ ਨੂੰ ਘਰ ਆਇਆ ਤਾਂ ਪਤਨੀ ਕਹਿੰਦੀ ਗਏ ਸੀ ਕੌਣ ਬਣੇਗਾ ਕਰੋੜਪਤੀ ਤੇ ਕੀ ਬਣਿਆ ਫਿਰ, ਕੀ ਜਿੱਤ ਕੇ ਲਿਆਏ ਹੋ। ਕਹਿੰਦਾ ਦੇਖ ਮੈਨੂੰ ਅਮਿਤਾਭ ਬੱਚਨ ਨੇ 1 ਕਰੋੜ ਦਾ ਸਵਾਲ ਕੀਤਾ ਸੀ। 1 ਕਰੋੜ ਦਾ ਸਵਾਲ ਇਹ ਸੀ ਕਿ ਦੁਨੀਆ ਵਿੱਚ ਸਭ ਤੋਂ ਖਤਰਨਾਕ ਔਰਤ ਦਾ ਨਾਮ ਦੱਸੋ। ਮੈਂ 1 ਕਰੋੜ ਨੂੰ ਲੱਤ ਮਾਰ ਦਿੱਤੀ ਪਰ ਤੇਰਾ ਨਾਮ ਨਹੀਂ। ਸਾਥੀਓ ਹੱਸਦੇ ਰਹੋ, ਹੱਸਾਂਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ, ਜ਼ਿੰਦਗੀ ਜ਼ਿੰਦਾਬਾਦ।